ਪੰਜਾਬ ਵਿੱਚ ਵਿਰੋਧੀ ਦਲ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਸਿਆਸਤ ਗਰਮਾ ਰਹੀ ਹੈ। ਜਿੱਥੇ ਪੰਜਾਬ ਵਿੱਚ ਕਈ ਜਗ੍ਹਾ ਖਹਿਰਾ ਦੇ ਨਾਮ ਤੇ ਪੋਸਟਰ ਲੱਗੇ ਦੇਖਣ ਨੂੰ ਮਿਲ ਰਹੇ ਨੇ, ਉੱਥੇ ਹੀ ਹੁਣ ਅਕਾਲੀ ਦਲ ਬੀਜੇਪੀ ਖੁੱਲ੍ਹੇ ਤੌਰ ਤੇ ਸੁਖਪਾਲ ਖਹਿਰਾ ਦੇ ਅਸਤੀਫੇ ਦੀ ਮੰਗ ਤੇ ਕੇਜਰੀਵਾਲ ਖਿਲਾਫ ਜੰਮ ਕੇ ਭੜਾਸ ਕਰ ਰਹੇ ਨੇ। ਬੀਜੇਪੀ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਬੰਧ ਅੱਤਵਾਦੀਆਂ ਨਾਲ ਨਹੀਂ ਅਤੇ ਜੋ ਪਾਰਟੀ ਹੁਣ ਤੱਕ ਅਕਾਲੀ ਦਲ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ਤੇ ਬਦਨਾਮ ਕਰ ਰਹੀ ਸੀ, ਅੱਜ ਉਹ ਖੁਦ ਇਹਨਾਂ ਇਲਜ਼ਾਮਾਂ ਨੂੰ ਭੁਗਤ ਰਹੀ ਹੈ। ਇਸ ਲਈ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੋਲ ਇੱਕ ਸਵਾਲ ਹੋ ਗਿਆ ਕਿ ਬਈ ਸੁਖਪਾਲ ਖਹਿਰਾ ਨੇ ਜੋ ਕੰਮ ਕੀਤਾ ਉਸ ਤੋਂ ਅਸਤੀਫਾ ਕਿਉਂ ਨਹੀਂ ਲਿਆ। ਅਸੀਂ ਹਮੇਸ਼ਾ ਸਵਾਲ ਪੁੱਛਿਆ ਕਰਾਂਗੇ ਔਰ ਦੇਸ਼ ਔਰ ਦੁਨੀਆ ਦੇ ਲੋਕਾਂ ਦੇ ਸਾਹਮਣੇ ਵੀ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋ ਗਿਆ। ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਉਹਨਾਂ ਨੇ ਆਪਣੇ ਲਈ ਖੂਹ ਖਾਤਾ ਪੱਟ ਲਿਆ ਅੱਗੇ ਵਾਸਤੇ। ਲੋਕਾਂ ਨੂੰ ਸਮਝ ਆ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਕਿਸੇ ਤੋਂ ਅਲੱਗ ਨਹੀਂ ਹੈ ਔਰ ਜਿਸ ਤਰ੍ਹਾਂ ਦੀ ਗੰਦੀ ਰਾਜਨੀਤੀ ਉਹ ਕਰ ਰਹੇ ਆ ਉਹਨਾਂ ਦੇ ਆਤੰਕਵਾਦੀਆਂ ਨਾਲ ਸੰਬੰਧ ਨੇ, ਉਹਨਾਂ ਦੇ ਗਲਤ ਕੰਮਾਂ ਵਾਲੇ ਲੋਕਾਂ ਨਾਲ ਸੰਬੰਧ ਨੇ। ਅਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਆਮ ਆਦਮੀ ਪਾਰਟੀ ਹੁਣ ਸਾਫ਼ ਹੋ ਗਿਆ ਕਿ ਡਰੱਗ ਦੇ ਨਾਂ 'ਤੇ ਉਹਨਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਜਵਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਸਾਰਾ ਕੰਮ ਖੁਦ ਹੀ ਕਰਦੇ ਸੀ। ਔਰ ਜੇ ਕੇਜਰੀਵਾਲ ਇਹ ਕੰਮ ਨਹੀਂ ਕਰਦੇ ਤਾਂ ਮੈਂ ਇਹ ਸਮਝਦਾ ਕਿ ਉਹਦੇ ਕੋਲੋਂ ਰਿਜ਼ਾਈਨ ਨਹੀਂ ਲੈ ਰਹੇ ਖਹਿਰਾ ਕੋਲੋਂ, ਤਾਂ ਕੇਜਰੀਵਾਲ ਵੀ ਉਹਦੇ ਨਾਲ ਮਿਲੇ ਹੋਏ ਸੀ ਇਹਨਾਂ ਸਾਰੇ ਕੰਮਾਂ 'ਚ। ਅੱਜ ਜਿਹੜੀ ਖਹਿਰਾ ਸਾਹਿਬ ਦੀ ਮੈਂ ਸਟੇਟਮੈਂਟ ਪੜ੍ਹੀ ਆ ਵੀ CBI ਨੂੰ ਇਹਦੀ ਜਿਹੜੀ ਇਨਕੁਆਇਰੀ ਦਿੱਤੀ ਜਾਵੇ ਉਹ ਆਪਣੇ ਆਪ 'ਚ ਹਾਸੋਹੀਣੀ ਵੀ ਆ, ਮਦਭਾਗੀ ਵੀ ਆ ਇੱਕ ਲੀਡਰ ਆਫ ਆਪੋਜੀਸ਼ਨ ਵੱਲੋਂ। ਮੈਂ ਸਮਝਦਾ ਜੁਡੀਸ਼ਲੀ ਅਤੇ CBI ਦੀ ਏਜੰਸੀ ਦੇ ਵਿੱਚ ਆਪਸ ਦੇ ਵਿੱਚ ਮੈਂ ਸਮਝਦਾ ਇੱਕ ਕਿੰਤੂ ਪਿੰਤੂ ਅਤੇ ਵਾਦ ਵਿਵਾਦ ਵਾਲਾ ਬਿਆਨ ਆ ਜਿਹੜਾ ਉਹਨਾਂ ਨੇ ਦਿੱਤਾ। ਇਹ CBI ਵੱਲੋਂ ਕੀਤੀ ਹੋਈ ਇਨਕੁਆਇਰੀ ਵੀ ਜੁਡੀਸ਼ਲੀ ਵਿੱਚ ਜਾਣੀ ਆ ਅਲਟੀਮੇਟਲੀ, ਅਤੇ ਜੁਡੀਸ਼ਲੀ ਵੱਲੋਂ ਮੈਂ ਸਮਝਦਾ ਉਹਨਾਂ ਨੂੰ ਸਮਨ ਕੀਤਾ ਗਿਆ ਸੀਗਾ। 319 ਦੇ ਤਹਿਤ ਜਿਹੜਾ ਸਮਨ ਹੁੰਦਾ ਉਹ ਉਦੋਂ ਹੀ ਹੋ ਸਕਦਾ, ਸੁਪਰੀਮ ਕੋਰਟ ਦੀਆਂ ਕਲੀਅਰ ਡਾਇਰੈਕਸ਼ਨਸ ਨੇ ਕਿ ਜਦੋਂ ਕੋਰਟ ਨੂੰ ਲੱਗੇ ਵੀ ਬਹੁਤ ਹੀ ਪੁਖਤਾ ਸਬੂਤ ਨੇ ਇਸ ਵਿਅਕਤੀ ਦੇ ਵਿਰੁੱਧ ਉਸ ਮਸਲੇ ਦੇ ਵਿੱਚ, ਤਾਂ ਫਿਰ 319 ਦੇ ਵਿੱਚ ਮੈਂ ਸਮਝਦਾ ਉਹਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਫਾਜ਼ਿਲਕਾ ਕੋਰਟ ਨੇ ਉਹਨਾਂ ਨੂੰ ਸਮਨ ਕੀਤਾ ਸੀਗਾ। ਅਤੇ ਕੋਰਟ ਦੀ ਵੀ ਵਗਿਆ CBI ਨੂੰ, ਉਸ ਤੋਂ ਅੱਗੇ ਕੋਰਟ ਦੇ ਉੱਤੋਂ ਦੀ ਹੋ ਕੇ CBI ਨੂੰ ਜਿਹੜੀ ਇਨਕੁਆਇਰੀ ਦੇਣ ਦੀ ਮੰਗ ਕਰਨਾ ਅਤੇ ਲੀਡਰ ਆਫ ਦਾ ਆਪੋਜੀਸ਼ਨ ਵੱਲੋਂ ਬਿਲਕੁਲ ਨਹੀਂ ਸ਼ੋਭਦੀ। ਮੈਂ ਉਮੀਦ ਕਰਦਾ ਵੀ ਸੁਖਪਾਲ ਸਿੰਘ ਖਹਿਰਾ ਨੈਤਿਕ ਕਦਰਾਂ ਕੀਮਤਾਂ ਦੀ ਕਦਰ ਕਰਦੇ ਹੋਏ ਜਲਦੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।